हाँ जी, सत श्री अकाल दोस्तों, तुहाडा स्वागत है जी साडे YouTube चैनल हरीका जॉब अलर्ट ते। दोस्तों जेकर तुसी चैनल पहली बार विजिट कर रहे हो, चैनल नूं सबसक्राइब कर लो, बैल आइकन दबा लो हर नवी अपडेट दे लई। दोस्तों अज दी जिहड़ी अपडेट लैके आया वो GDS भर्ती नूं लैके आया। GDS यानी कि ग्रामीण डाक सेवक, जिहड़ी कि इंडिया पोस्ट दे विच भर्ती निकलदी हुंदी आ। ते GDS दी भर्ती इस बार जिहड़ी निकली सीगी ਉਹਦੀ ਸੈਕਿੰਡ ਸਪਲੀਮੈਂਟਰੀ ਲਿਸਟ ਜਿਹੜੀ ਆ ਚੁੱਕੀ ਹੈ, ਠੀਕ ਹੈ। ਸੈਕਿੰਡ ਲਿਸਟ ਆਉਣ ਤੋਂ ਭਾਵ ਹੈ ਕਿ ਪਹਿਲੀ ਲਿਸਟ ਦੇ ਜਿਹੜੇ ਕੈਂਡੀਡੇਟ ਸੀ ਉਹ ਜਾਂ ਤਾਂ ਜੁਆਇਨ ਨਹੀਂ ਕੀਤੀ ਉਹਨਾਂ ਨੇ, ਜਾਂ ਫਿਰ ਛੱਡ ਛੁੱਟ ਗਏ, ਠੀਕ ਹੈ। ਤਾਂ ਇਸ ਕਰਕੇ ਸੈਕਿੰਡ ਲਿਸਟ ਆਈ ਹੈ ਜੀ। ਅਤੇ ਸੈਕਿੰਡ ਲਿਸਟ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਦੀਜ ਸ਼ਾਰਟ ਲਿਸਟਡ ਕੈਂਡੀਡੇਟ ਸ਼ੁੱਡ ਗੈਟ ਦੇਅਰ ਡਾਕੂਮੈਂਟਸ ਵੈਰੀਫਾਈਡ ਥਰੂ ਦਾ ਡਿਵੀਜ਼ਨਲ ਹੈੱਡ ਮੈਂਸ਼ਨਡ ਅਗੇਂਸਟ ਦੇਅਰ ਨੇਮਸ ਔਨ ਔਰ ਬਿਫੋਰ 21/4, ਠੀਕ ਹੈ। ਤਾਂ ਜਿਨ੍ਹਾਂ ਜਿਨ੍ਹਾਂ ਦੇ ਵੀ ਨਾਮ ਇਹਦੇ 'ਚ ਦਿੱਤੇ ਗਏ ਆ, ਕੈਂਡੀਡੇਟ ਨੇ ਆਪਣਾ ਰਜਿਸਟ੍ਰੇਸ਼ਨ ਨੰਬਰ ਚੈੱਕ ਕਰ ਲੈਣਾ, ਰਜਿਸਟ੍ਰੇਸ਼ਨ ਨੰਬਰ ਇਹ 'ਚ ਦਿੱਤੇ ਗਏ ਆ ਪਰਟੀਕੁਲਰ ਕੈਂਡੀਡੇਟਸ ਦੇ ਜਿਹੜੇ ਜਿਹੜੇ ਸਿਲੈਕਟ ਹੋਏ ਆ। ਅਤੇ ਇਹਦੇ ਵਿੱਚ ਕੋਰੋਨਾ ਕਾਲ ਵਾਲੇ ਵੀ ਕੈਂਡੀਡੇਟ ਕਾਫੀ ਆ, ਕਿਉਂਕਿ 100% ਵਾਲੇ ਕੈਂਡੀਡੇਟ ਇਹਦੇ 'ਚ ਸਿਲੈਕਟ ਹੋਏ ਆ। ਅਤੇ ਇਹਦੇ ਵਿੱਚ ਵੈਰੀਫਿਕੇਸ਼ਨ ਤੁਸੀਂ ਕਿੱਥੇ ਕਰਾਉਣੀ ਹੈ ਜੀ, ਜਿਵੇਂ ਹੁਣ ਇਹ ਕੈਂਡੀਡੇਟ ਦੇਖੀ ਆਪਾਂ ਪਹਿਲੇ ਵਾਲਿਆਂ, ਤਾਂ ਇਹਨਾਂ ਦੀ ਡਾਕੂਮੈਂਟਸ ਟੂ ਬੀ ਵੈਰੀਫਾਈਡ ਕਿੱਥੇ ਹੋਣੇ ਆ ਜੀ, ਅੰਮ੍ਰਿਤਸਰ ਡਿਵੀਜ਼ਨ ਦੇ ਵਿੱਚ ਹੋਣੇ ਆ। ਤਾਂ ਡਿਵੀਜ਼ਨਲ ਹੈੱਡ ਜਿਹੜਾ ਇੰਡੀਆ ਪੋਸਟ ਦਾ ਹੋਏਗਾ, ਅੰਮ੍ਰਿਤਸਰ ਡਿਵੀਜ਼ਨ ਦਾ ਆਫਿਸ ਤੁਸੀਂ ਦੇਖ ਲੈਣਾ ਇੰਡੀਆ ਪੋਸਟ ਦਾ, ਉੱਥੇ ਜਿਹੜੀ ਤੁਹਾਡੀ ਵੈਰੀਫਿਕੇਸ਼ਨ ਇਹ ਹੋਣੀ ਹੈ। ਅਤੇ 21 ਅਪ੍ਰੈਲ ਤੋਂ ਪਹਿਲਾਂ ਤੁਸੀਂ ਵੈਰੀਫਿਕੇਸ਼ਨ ਕਰਾ ਲੈਣੀ ਹੈ। 21 ਅਪ੍ਰੈਲ ਨੂੰ ਵੀ ਕਰਾ ਸਕਦੇ ਹੋ, 21 ਅਪ੍ਰੈਲ ਤੋਂ ਪਹਿਲਾਂ ਵੀ ਕਰਾ ਸਕਦੇ ਹੋ, ਇਹ 21 ਅਪ੍ਰੈਲ ਯਾਨੀ ਕਿ ਲਾਸਟ ਡੇਟ ਹੈ। ਅਤੇ ਸ਼ਾਰਟ ਲਿਸਟ ਕੈਂਡੀਡੇਟ ਸ਼ੁੱਡ ਰਿਪੋਰਟ ਫੋਰ ਵੈਰੀਫਿਕੇਸ਼ਨ ਅਲੋਂਗ ਵਿਦ ਓਰੀਜਨਲ ਐਂਡ 2 ਸੈਟ ਆਫ ਸੈਲਫ ਟੈਸਟ ਫੋਟੋ ਕਾਪੀਜ਼, ਠੀਕ ਹੈ। ਤਾਂ ਜਿਹੜੇ ਵੀ ਕੈਂਡੀਡੇਟ ਸਿਲੈਕਟ ਹੋਏ ਆ ਇਹਦੇ 'ਚ, ਤਾਂ ਉਹ ਸ਼ਾਰਟਲਿਸਟ ਹੋਏ ਆ, ਉਹਨਾਂ ਨੇ ਆਪਣੀ ਵੈਰੀਫਿਕੇਸ਼ਨ ਓਰੀਜਨਲ ਡਾਕੂਮੈਂਟਸ ਪਲੱਸ 2 ਸੈਟ ਫੋਟੋ ਕਾਪੀਜ਼ ਦੇ ਲੈ ਕੇ ਜਾਣੇ ਆ, ਫਿਰ ਆਪਣੀ ਵੈਰੀਫਿਕੇਸ਼ਨ ਕਰਾਉਣੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ 100% ਵਾਲਿਆਂ ਦੀ ਭਰਮਾਰ ਹੈ ਜੀ ਇਸ ਲਿਸਟ ਦੇ ਵਿੱਚ, ਠੀਕ ਹੈ। ਲਗਭਗ ਮੈਨੂੰ ਲੱਗਦਾ 80% ਕੈਂਡੀਡੇਟ 100% ਵਾਲੇ ਹੋਣਗੇ, ਠੀਕ ਹੈ। ਅਤੇ ਬਾਕੀ 99 ਵਾਲੇ ਵੀ ਹੈਗੇ ਆ, 95-96 ਵਾਲੇ ਵੀ ਹੈਗੇ ਆ। ਅਤੇ ਚਲੋ, ਬਹੁਤ ਬਹੁਤ ਮੁਬਾਰਕਾਂ ਜਿਹੜੇ ਵੀ ਕੈਂਡੀਡੇਟ ਸਿਲੈਕਟ ਹੋਣ ਜਾ ਰਹੇ ਆ ਇੰਡੀਆ ਪੋਸਟ ਦੇ ਵਿੱਚ। ਅਤੇ ਇਹ ਲਿਸਟ ਜਾਰੀ ਹੋਈ ਹੈ ਜੀ 11 ਅਪ੍ਰੈਲ 2023 ਨੂੰ, ਸੈਕਿੰਡ ਲਿਸਟ ਇਹ ਜਾਰੀ ਕੀਤੀ ਗਈ ਆ। ਅਤੇ ਈਮੇਲ ਅਤੇ SMS ਵੀ ਰਜਿਸਟਰਡ ਕੈਂਡੀਡੇਟ ਨੂੰ ਸੈਂਡ ਕੀਤਾ ਗਿਆ, ਜਿਨ੍ਹਾਂ ਜਿਨ੍ਹਾਂ ਦਾ ਵੀ ਸ਼ਾਰਟਲਿਸਟ ਹੋਇਆ ਉਹਨਾਂ ਨੂੰ ਈਮੇਲ ਅਤੇ SMS ਵੀ ਆਇਆ ਹੋਣਾ, ਉਹ ਵੀ ਤੁਸੀਂ ਆਪਣਾ ਚੈੱਕ ਕਰ ਲੈਣਾ। ਅਤੇ ਬਾਕੀ ਅਪਡੇਟਸ ਜਾਣਾ, ਬਣੇ ਰਹੋ, ਜੁੜੇ ਰਹੋ, ਚੈਨਲ ਸਬਸਕ੍ਰਾਈਬ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।